जद ही अमृतपाल आया या कुछ होर लोग आए ने किते ना किते अकाल तख्त कह लो सिख समाज कह लो नेतृत्वहीन हो चुका है। एक गुंडा तत्वां दे हाथ च आ गया सारा नेतृत्व। गुंडिया का ग्रुप है जिन्हां नूं तुहाडा इशारा किहदे वल जांदा किहनूं कह रहे हो? अमृतपाल सिंह, मैं क्लीयर कहूंगा अमृतपाल सिंह वल। गुंडिया के हाथ SGPC, गुंडिया के हाथ साडे गुरु घर, गुंडिया के हाथ सारिया जिहड़ी सिख जथेबंदियां उन्हां दा नेतृत्व गुंडे कर रहे सी, उही सिस्टम अज नज़र आ रहा। ਤੁਸੀਂ ਗੁੰਡਿਆਂ ਦਾ ਗਰੁੱਪ ਤੁਸੀਂ ਕਹਿ ਰਹੇ ਹੋ, ਗੁੰਡਿਆਂ ਦਾ ਗਰੁੱਪ ਤੁਸੀਂ ਕਹਿ ਰਹੇ ਹੋ, ਕਦੇ ਦੇਖਿਆ ਗੁੰਡਿਆਂ ਦਾ ਗਰੁੱਪ ਨਸ਼ੇ ਛਡਵਾਉਂਦਾ ਹੋਵੇ, ਕਿਸੇ ਨੂੰ ਅੰਮ੍ਰਿਤ ਛਕਾਉਂਦਾ ਹੋਵੇ? ਇਦਾਂ ਵੈ ਇਹ ਹਵਾ ਦੀਆਂ ਗੱਲਾਂ, ਨਸ਼ੇ ਛਡਵਾਉਣਾ ਚੈੱਕ ਕਰ ਲਓ ਪਤਾ ਲੱਗ ਜੂਗਾ। ਇੱਕ ਗੁੰਡਾ ਅੱਤਵਾਦੀ ਸੋਚੋ ਜੀ, ਸੋਚ ਵਾਲਾ ਬੰਦਾ ਅੱਜ ਗੁਰੂ ਸਾਹਿਬ ਦੇ ਬਾਣੇ ਨੂੰ ਬਦਨਾਮ ਕਰ ਰਿਹਾ ਉਹਨਾਂ ਦਾ ਬਾਣਾ ਪਾ ਕੇ। ਸਿੱਧੂ ਮੂਸੇ ਵਾਲੇ ਨੂੰ ਮਾੜਾ ਕਹਿ ਰਹੇ ਹੋ? ਬਿਲਕੁਲ ਮਾੜਾ ਕਹਿੰਦੇ ਆ ਜੀ, ਬਿਲਕੁਲ ਮਾੜਾ ਕਹਿੰਦੇ ਆ। ਸੋਚ ਕਿਨੇ ਬਦਲੀ? ਜਿਹੜੇ ਪੰਜਾਬੀ ਕਲਚਰ ਆ ਸਾਡਾ, ਪੰਜਾਬ ਦਾ ਬੇੜਾ ਗਰਕ ਵਿਰਸਾ ਕਿੱਥੇ ਗਿਆ? ਨਹੀਂ, ਸਾਡਾ ਪੰਜਾਬ ਦੇ ਨੌਜਵਾਨਾਂ ਦਾ ਬੇੜਾ ਗਰਕ ਥਾਪਰ ਸਾਹਿਬ ਇੱਕ ਮਿੰਟ, ਥਾਪਰ ਸਾਹਿਬ ਇੱਕ ਮਿੰਟ, ਸਾਡਾ ਨੌਜਵਾਨਾਂ ਦਾ ਬੇੜਾ ਗਰਕ ਹੀ ਸਾਡੇ ਪੰਜਾਬੀ ਗਾਇਕਾਂ ਨੇ ਕੀਤਾ। ਅਗਰ ਅੱਜ ਉਹਦੇ ਫਾਦਰ ਸਾਹਿਬ ਤੋਂ ਉਹਦੀ ਮਦਰ ਇੰਨਾ ਰੋਲਾ ਪਾ ਰਹੇ ਸਾਡੇ ਕਾਤਲ ਨਹੀਂ ਫੜੇ ਗਏ, ਕਾਤਲ ਨਹੀਂ ਫੜੇ ਗਏ, ਪੁੱਛਣ ਵਾਲਾ ਹੋਵੇ ਉਹਨੇ ਕੀਤਾ ਕੀ? ਜਵਾਨ ਨੌਜਵਾਨ ਨੂੰ ਪੰਜਾਬ ਨੂੰ ਦੇਣ ਕੀ ਹੈ ਉਹਦੀ? ਸੋਹਣਾ ਦੇਣ ਕੀ ਹੈ? ਤੁਹਾਡੀ ਦੇਣ ਕੀ ਹੈ? ਸਾਡੇ ਤੁਹਾਡੀ ਦੇਣ ਕੀ ਹੈ? ਸਿੱਧੂ ਮੂਸੇ ਵਾਲੇ ਮਗਰ ਲੱਗ ਕੇ ਸਾਡੇ ਨੌਜਵਾਨ ਅੱਜ ਅਸਲੇ ਚੱਕੀ ਫਿਰਦੇ ਨੇ। ਸਾਡੇ ਪੰਜਾਬੀ ਮੁੰਡਿਆਂ ਨੇ ਗੁੰਡਿਆਂ ਨੂੰ ਆਪਣਾ ਆਈਡੀਅਲ ਮੰਨ ਲਿਆ। ਪੰਜਾਬੀ ਮੁੰਡਿਆਂ 'ਚ ਮੈਂ ਇਕੱਲੇ ਸਿੱਖ ਸਮਾਜ ਦੀ ਗੱਲ ਤਾਂ ਕਰ ਹੀ ਰਿਹਾ, ਨਾਲ ਸਾਡੇ ਮੁੰਡੇ ਵੀ ਆ, ਇਹਨਾਂ ਦੇ ਯਾਰ ਦੋਸਤ ਨੇ, ਮਿੱਤਰ ਨੇ, ਇਕੱਠੇ ਬਹਿੰਦੇ ਆ, ਇਕੱਠੇ ਖਾਂਦੇ ਆ, ਇਕੱਠੇ ਪੜ੍ਹਦੇ ਆ, ਦਸਤਾਰਾਂ ਸਾਡੇ ਮੁੰਡੇ ਵੀ ਬੰਨਦੇ ਆ। ਅਜਨਾਲੇ ਦਾ ਜਵਾਬ ਦੇਣਾ ਚਾਹੀਦਾ ਸੀ ਸਰਕਾਰ ਨੂੰ ਵੀ, ਅਜਨਾਲੇ ਦਾ ਜਵਾਬ ਦੇਣਾ ਚਾਹੀਦਾ ਸੀ ਸਿੱਖ ਸੰਗਤ ਨੂੰ ਵੀ ਔਰ SGPC ਨੂੰ, ਜਿਹਦਾ ਕਿ ਜਵਾਬ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੋਈ ਦਿਸ਼ਾ ਨਿਰਦੇਸ਼ ਦਿੱਤੇ। ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹੱਥ ਜੋੜ ਕੇ ਸਾਡੀ ਬੇਨਤੀ, ਸਾਨੂੰ ਇਹ ਤੈਅ ਕਰਨ ਕਿ ਵੀ ਉਹ ਕੱਟੜਪੰਥੀਆਂ ਦੀ ਮੰਗ ਖਾਲਿਸਤਾਨ ਦੇ ਨਾਲ ਖੜੇ ਹੈ ਕਿ ਭਾਰਤ ਦੇ ਸੰਵਿਧਾਨ ਦੇ ਨਾਲ ਖੜੇ ਹੈ। ਗੈਂਗਸਟਰਾਂ ਨੂੰ ਯੂਥ ਬੜਾ ਆਪਣਾ ਆਈਡੀਅਲ ਬਣਿਆ ਫਿਰਦਾ, ਉੱਦਾਂ ਹੀ ਇੱਕ ਨਵਾਂ ਗੈਂਗਸਟਰ ਆਇਆ ਅੰਮ੍ਰਿਤਪਾਲ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੱਕ ਕੇ ਲੈ ਕੇ ਜਾ ਕੇ ਉਹ ਥਾਣਿਆਂ 'ਚ ਲੈ ਜੂਗਾ। ਕੀ ਕਰਦੇ ਹੋ ਯਾਰ, ਕਿਹੜੇ ਦਲੇ ਪਾਸੇ ਸਾਡੇ ਪੰਜਾਬ ਨੂੰ ਲੈ ਕੇ ਜਾ ਰਹੇ ਹੋ? ਜਿਹੜੀਆਂ ਇਹਨਾਂ ਉੱਤੇ ਅੱਤਵਾਦੀਆਂ ਦੇ ਫਿਲਮਾਂ ਬਣੀਆਂ, ਜਿਹੜੀਆਂ ਅੱਤਵਾਦੀਆਂ ਨੂੰ ਹੀਰੋ ਦਰਸਾ ਕੇ ਇਹਨਾਂ ਉੱਤੇ ਫਿਲਮਾਂ ਬਣੀਆਂ, ਗਾਣੇ ਬਣੇ, ਅਗਰ ਉਹਦੇ ਉੱਤੇ ਰੋਕ ਲਗਾਈ ਜਾਂਦੀ ਤਾਂ ਜਿਹੜੀ ਯੁਵਾ ਪੀੜ੍ਹੀ ਪਹਿਲਾਂ ਨੁਕਸਾਨ ਹੋਇਆ, ਚਾਹੇ ਹਿੰਦੂ ਮੁੰਡੇ ਮਰੇ ਅੱਤਵਾਦ ਦੌਰਾਨ, ਚਾਹੇ ਸਿੱਖ ਮੁੰਡੇ ਮਰੇ, ਮਰੇ ਤਾਂ ਮਾਂ ਪਿਓ ਦੇ ਬੱਚੇ ਹੀ ਨਾ। ਸਾਡੇ ਮੁੰਡੇ ਬੇਲਗਾਮ ਹੋਏ ਆ, ਆ ਮਣੀਕਰਨ ਲਾ ਲਓ, ਅਨੰਦਪੁਰ ਸਾਹਿਬ ਮੈਨੂੰ ਦੱਸੋ ਕੀ ਹੈ, ਲੋਕ ਕਹਿੰਦੇ ਨਿਹੰਗ ਸਿੰਘ ਮਾਰਤਾ, ਨਿਹੰਗ ਸਿੰਘ ਮਾਰਤਾ। ਨਿਹੰਗ ਸਿੰਘ ਨੇ ਪਹਿਲਾਂ ਉਸ ਮੁੰਡੇ ਦੀਆਂ ਬਾਹਾਂ ਵੀ ਵੱਢੀਆਂ, ਉਹਦੀ ਮਿਸਿਜ ਨੇ ਵੀਡੀਓ ਪਾਈ ਹੈ। ਕਸੂਰ ਹੈ ਉਸ ਨੇਤਰਤਵਹੀਨ SGPC ਔਰ ਸਿੱਖ ਸਮਾਜ ਦਾ, ਜਿਹਨਾਂ ਦਾ ਨੇਤਰਤਵ ਗੁੰਡੇ ਕਰ ਰਹੇ ਆ। ਗੁੱਸਾ ਪੈਦਾ ਹੋਇਆ ਗੁੰਡਿਆਂ ਦੀ ਰਾਜਨੀਤੀ ਤੋਂ, ਗੁੰਡਿਆਂ ਦੇ ਨੇਤਰਤਵ ਤੋਂ, ਜਿਹਨੂੰ ਸਾਡੇ ਸਮਾਜ ਦੇ ਮੁੰਡਿਆਂ ਨੇ ਅੱਜ ਆਪਣਾ ਆਈਡੀਅਲ ਮੰਨ। ਅੰਮ੍ਰਿਤਪਾਲ ਨੂੰ ਜਿੱਥੇ ਇਸ ਵਕਤ ਜੇਲ੍ਹ 'ਚ ਹੋਣਾ ਚਾਹੀਦਾ, ਅੱਜ ਉਹ ਸਰੇਆਮ ਖੁੱਲ੍ਹੇਆਮ ਘੁੰਮ ਰਿਹਾ। ਜਥੇਦਾਰ ਹਵਾਰਾ ਅੱਤਵਾਦੀ, ਰਾਜੂਆਂ ਅੱਤਵਾਦੀ ਜਿਨ੍ਹਾਂ ਨੇ ਬੇਅੰਤ ਸਿੰਘ ਮਾਰਿਆ, ਉਹਨਾਂ ਉੱਤੇ ਫਿਲਮ ਬਣਾਈ ਜਾ ਰਹੀ ਹੈ, ਉਹਨਾਂ ਨੂੰ ਹੀਰੋ ਦਿਖਾਇਆ ਜਾ ਰਿਹਾ। ਖਾਲਿਸਤਾਨ ਬਾਰੇ ਤੁਸੀਂ ਲਗਾਤਾਰ ਤੁਸੀਂ ਬੋਲਦੇ ਰਹਿੰਦੇ ਹੋ, ਖਾਲਿਸਤਾਨ ਨਹੀਂ ਬਣਨਾ ਚਾਹੀਦਾ, ਖਾਲਿਸਤਾਨ ਨਹੀਂ ਬਣਨਾ ਚਾਹੀਦਾ। ਦੂਜੇ ਪਾਸੇ ਤੁਸੀਂ ਗੱਲ ਕਰਦੇ ਹੋ, ਮੰਗ ਕਰਦੇ ਹੋ ਹਿੰਦੂ ਰਾਸ਼ਟਰ ਦੀ, ਫਿਰ ਉਹਨਾਂ ਦਾ ਖਾਲਿਸਤਾਨ ਗਲਤ ਹੈ, ਤੁਹਾਡਾ ਹਿੰਦੂ ਰਾਸ਼ਟਰ ਸਹੀ ਹੈ? ਧਰਮ ਤਾਂ ਸਾਰੀ ਹੈ, ਕੱਲ੍ਹ ਨੂੰ ਤਾਂ ਦੂਜੇ ਧਰਮ ਵਾਲੇ ਬੰਦੇ ਵੀ ਮੰਗ ਕਰ ਸਕਦੇ ਆ ਕਿ ਮੇਰੇ ਮੈਨੂੰ ਇਹ ਦੇਸ਼ ਦੇ ਦਿਓ। ਅਸੀਂ ਕਹਿੰਦੇ ਖਾਲਸ ਰਾਜ ਆਵੇ, ਅਸੀਂ ਖਾਲਸ ਰਾਜ ਦਾ ਉਹ ਨਹੀਂ ਕਰਦੇ, ਵਿਰੋਧ ਨਹੀਂ ਕਰਦੇ, ਅਸੀਂ ਉਸ ਕੱਟੜਪੰਥੀ ਲੋਕਾਂ ਦੀ ਸੋਚ ਦੇ ਖਾਲਿਸਤਾਨ ਦਾ ਵਿਰੋਧ ਕਰਦੇ। ਗੁੰਡੇ ਕਿਸੇ ਨੂੰ ਕੁਛ ਦੇਰ ਤਾਂ ਭਟਕਾ ਸਕਦੇ ਆ, ਕੁਛ ਦੇਰ ਤਾਂ ਉਹਨਾਂ ਨੂੰ ਡਰਾ ਕੇ ਚਲਾ ਸਕਦੇ ਆ, ਪਰਮਾਨੈਂਟ ਰਾਜ ਨਹੀਂ ਕਰ ਸਕਦੇ। ਸਤਿ ਸ਼੍ਰੀ ਅਕਾਲ, ਦਾ ਸਿਟੀ ਅਲਾਇੰਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਧ। ਅੱਜ ਸ਼ਿਵ ਸੈਨਾ ਦੇ ਆਗੂ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨੀ ਹੈ ਜੋ ਮਣੀਕਰਨ ਦੇ ਵਿੱਚ ਘਟਨਾ ਵਾਪਰਦੀ ਹੈ, ਜੋ ਅਨੰਦਪੁਰ ਸਾਹਿਬ ਦੇ ਵਿੱਚ ਘਟਨਾ ਵਾਪਰਦੀ ਹੈ, ਜਿੱਥੇ ਕਿ ਝਪਟ ਹੁੰਦੀ ਹੈ ਹੋਲੇ ਮੁਹੱਲੇ 'ਤੇ। ਉੱਥੇ ਹੀ ਇੱਕ ਪ੍ਰਦੀਪ ਸਿੰਘ ਨਿਹੰਗ ਸਿੰਘ, ਜਿਨ੍ਹਾਂ ਦਾ ਜਿਹੜਾ ਮੌਕੇ ਦੇ ਉੱਪਰ ਜਾਨ ਚਲੀ ਜਾਂਦੀ ਹੈ, ਇਸ ਸੰਬੰਧ ਦੇ ਵਿੱਚ ਅੱਜ ਸ਼ਿਵ ਸੈਨਾ ਦੇ ਆਗੂ ਮੇਰਾ ਮੌਜੂਦ ਨੇ, ਗੱਲਬਾਤ ਕਰਾਂਗੇ। ਟੰਡਨ ਸਾਹਿਬ, ਕਿਵੇਂ ਦੇਖਦੇ ਹੋ ਜੋ ਅਨੰਦਪੁਰ ਸਾਹਿਬ ਦੇ ਵਿੱਚ ਘਟਨਾ ਵਾਪਰਦੀ ਹੈ ਜਾਂ ਮਣੀਕਰਨ ਸਾਹਿਬ ਦੇ ਵਿੱਚ ਘਟਨਾ ਵਾਪਰਦੀ ਹੈ? ਜਕਾਰਾ ਬੀਰ ਬਜਰੰਗੇ, ਹਰ ਹਰ ਮਹਾਦੇਵ। ਲੋਕਾਂ ਦੀ ਇੱਕ ਸੰਦੇਸ਼ ਪੈਦਾ ਹੋ ਗਿਆ, ਸੰਦੇਸ਼ ਵੀ ਕਹਾਂਗਾ
एक कह लो लोगों के मन च भी का चुका है भी कितने ना कि सिख समाज नेतृत्वहीन हो चुका भी इस समाज का कोई अज की तरीक नेतृत्व नहीं कर रहा। जिदा पहला हुंदा सी अकाल तख्त का जो हुक्म हुंदा सी सर्वप्रिय हुंदा सी भी अकाल तख्त ने हुक्म करता उन्हूं हर एक सिख की हर गुरु घर नूं मनण वाली हर गुरु च मर्यादा रखने वाले बंदे नूं आस्था रखने वाले नूं अकाल तख्त का आदेश मनना पैंदा सी। पर जो कुछ अजकल चल रहा जद दी अमृतपाल आया या कुछ होर लोग आए ने किते ना किते अकाल तख्त कह लो सिख समाज कह लो नेतृत्वहीन हो चुका। नेतृत्वहीन ना कहो करण साहब, ये नेतृत्वहीन नहीं है, ये गुंडा तत्वों के हाथ च आ गया सारा नेतृत्व सिख समाज का। जिहड़े गुंडे लोग ने जिदा आप गल कर लिए 82-92 दे विच गुंडियां दे हाथ एस जी पी सी, गुंडियां दे हाथ साढ़े गुरु घर, गुंडियां दे हाथ सारिया जी सिख जथेबंदियां उन्हों का नेतृत्व गुंडे कर रहे थे। उही सिस्टम अज नज़र आ रहा कि जिहड़ियां साढ़े जिहड़ा साढ़ा यूथ है उन्हें गुंडियां नूं अपना आइडियल मान लिया। साडे पंजाबी मुंडियां ने गुंडियां नूं अपना आइडियल मान लिया। पंजाबी मुंडियां च मैं कल्ले सिख समाज की गल तो कर ही रहा, नाल साडे मुंडे भी है, इन्हों दे यार दोस्त ने मित्र ने कट्ठे बहिंदे आ, कट्ठे खांदे आ, कट्ठे पढ़दे आ, दस्तारां साडे मुंडे भी बंधदे आ। गलतियां इत्थे हुई ना, फिर सरकारां को भी गलती हुई है ना। जदों पंजाब च अजनाले दा जवाब देना चाहीदा सी, सरकार नूं भी अजनाले दा जवाब देना चाहीदा सी, सिख संगत नूं भी और एस जी पी सी नूं भी, जिहदा कि जवाब ना तो ज्ञानी हरप्रीत सिंह जी ने कोई दिशा निर्देश दिते। पहला तो ज्ञानी हरप्रीत सिंह जी ने हाथ जोड़ के साडी बेनती सानू ये तय करन कि भी वो कट्टरपंथियों की मंग खालिस्तान दे नाल खड़े है कि भारत के संविधान दे नाल खड़े है, जिहड़ा शांति प्रिय जिहनूं लोग मनदे है, खड़े किधर है, कलैरिटी करन तां जो साडी पंजाबी भाईचारे नूं सिख संगत नूं भी ये पता लगे भी असीं चलना किधर है, दिशा कहड़ी है साडी। ਅਪਰ ਸਾਹਿਬ ਮੈਂ ਇੱਥੇ ਗਲਤ ਹੋਰ ਕਹਿਣਾ ਚਾਹਾਂਗਾ, ਜਦੋਂ ਪੰਜਾਬ 'ਚ ਅੱਤਵਾਦ ਸੀਗਾ ਪੰਜਾਬ ਪੁਲਿਸ ਨੇ ਆਪਣੀ ਜਾਨ ਹਥੇਲੀ ਦੇ ਉੱਤੇ ਲੈ ਕੇ ਪੰਜਾਬ ਸਰਕਾਰ ਦੇ ਆਦੇਸ਼ ਦੇ ਉੱਚੋਂ ਪੰਜਾਬ 'ਚੋਂ ਅੱਤਵਾਦ ਖਤਮ ਕੀਤਾ, ਕੀਤਾ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜੀਆਂ ਇਹਨਾਂ ਉੱਤੇ ਅੱਤਵਾਦੀਆਂ ਦੀਆਂ ਫਿਲਮਾਂ ਬਣੀਆਂ, ਜਿਹੜੀਆਂ ਅੱਤਵਾਦੀਆਂ ਨੂੰ ਹੀਰੋ ਦਰਸਾ ਕੇ ਇਹਨਾਂ ਉੱਤੇ ਫਿਲਮਾਂ ਬਣੀਆਂ, ਗਾਣੇ ਬਣੇ, ਅਗਰ ਉਹਦੇ ਉੱਤੇ ਰੋਕ ਲਗਾਈ ਜਾਂਦੀ ਤਾਂ ਜਿਹੜੀ ਯੁਵਾ ਪੀੜ੍ਹੀ ਪਹਿਲਾਂ ਨੁਕਸਾਨ ਹੋਇਆ, ਚਾਹੇ ਹਿੰਦੂ ਮੁੰਡੇ ਮਰੇ ਅੱਤਵਾਦ ਦੌਰਾਨ, ਚਾਹੇ ਸਿੱਖ ਮੁੰਡੇ ਮਰੇ, ਮਰੇ ਤਾਂ ਮਾਂ ਪਿਓ ਦੇ ਬੱਚੇ ਹੀ ਨਾ, ਅੱਜ ਉਹੀ ਹਾਲਾਤ ਫਿਰ ਬੰਦੇ ਜਾ ਰਹੇ। ਜਿਹੜਾ ਪਹਿਲਾਂ ਵੀ ਸਿਸਟਮ ਜਿਹੜਾ ਪਹਿਲਾਂ ਵੀ ਅੱਤਵਾਦ ਫੈਲਿਆ ਸੀ ਨਾ, ਉਦੋਂ ਵੀ ਜੇ ਲੈ ਕੇ ਚੱਲੀਏ ਉਦੋਂ ਵੀ 5-7-10 ਹਜ਼ਾਰ ਲੋਕਾਂ ਨੂੰ ਲੀਡ ਕਰਨ ਵਾਲੇ ਆਪਣੇ ਆਪ ਨੂੰ ਕੌਮ ਦੇ ਮੁਖੀ ਸਮਝ ਬੈਠੇ ਸੀਗੇ, 5-7 ਹਜ਼ਾਰ ਕਹਿ ਦਿੰਦੇ ਆ। ਹੁਣ ਜਿਹੜੇ ਮੁਖੀ ਸਮਝ ਬੈਠੇ ਉਹ ਤਾਂ 1000-2000 ਦਾ ਗੁੰਡਿਆਂ ਦਾ ਗਰੁੱਪ ਹੈ, ਗੁੰਡਿਆਂ ਦਾ ਗਰੁੱਪ ਹੈ ਜਿਹਨਾਂ ਨੂੰ। ਤੁਹਾਡਾ ਇਸ਼ਾਰਾ ਕਿਹਦੇ ਵੱਲ ਜਾਂਦਾ, ਕਿਹਨੂੰ ਕਹਿ ਰਹੇ ਹੋ? ਅੰਮ੍ਰਿਤਪਾਲ ਸਿੰਘ, ਮੈਂ ਕਲੀਅਰ ਕਹੂੰਗਾ ਅੰਮ੍ਰਿਤਪਾਲ ਸਿੰਘ ਵੱਲ, ਉਹ ਇੱਕ ਗੁੰਡਿਆਂ ਦਾ ਗਰੁੱਪ ਲੈ ਕੇ ਚੱਲ ਰਿਹਾ। ਮੈਨੂੰ ਦੱਸੋ ਕਿਹੜੇ ਗੁਰੂ ਘਰਾਂ ਦੇ ਵਿੱਚ ਜਿੱਥੇ ਪ੍ਰਕਾਸ਼ ਹੋਇਆ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿੱਥੇ ਸ਼ਬਦ ਬੋਲੇ ਜਾਂਦੇ ਕਿੱਥੇ ਹਥਿਆਰ ਹੁੰਦੇ ਆ, ਉੱਥੇ ਗੁਰੂ ਸਾਹਿਬ ਦੇ। ਤੁਸੀਂ ਗੁੰਡਿਆਂ ਦਾ ਗਰੁੱਪ ਤੁਸੀਂ ਕਹਿ ਰਹੇ ਹੋ, ਗੁੰਡਿਆਂ ਦਾ ਗਰੁੱਪ ਤੁਸੀਂ ਕਹਿ ਰਹੇ ਹੋ, ਕਦੇ ਦੇਖਿਆ ਗੁੰਡਿਆਂ ਦਾ ਗਰੁੱਪ ਨਸ਼ੇ ਛਡਵਾਉਂਦਾ ਹੋਵੇ, ਕਿਸੇ ਨੂੰ ਅੰਮ੍ਰਿਤ ਛਕਾਉਂਦਾ ਹੋਵੇ? ਕਿੱਦਾਂ ਵੈ, ਹਵਾ ਦੀਆਂ ਗੱਲਾਂ, ਨਸ਼ੇ ਛਡਵਾਉਣਾ, ਚੈੱਕ ਕਰ ਲਓ ਪਤਾ ਲੱਗ ਜੂਗਾ। ਮੈਂ ਇੱਦਾਂ ਕਲੀਅਰ, ਮੈਂ ਦੇਖੋ ਜਿਹੜੀ ਗੱਲ ਨਹੀਂ ਉੱਪਰਲੀ ਕਹਿਣ ਵਾਲੀ ਉਹ ਨਹੀਂ ਕਹੂੰਗਾ, ਉਹਦੇ ਚੈਕਿੰਗ ਕਰੂਗੀ ਸਰਕਾਰ, ਤੁਹਾਡੇ ਸਾਹਮਣੇ ਉਹਦੇ ਰਿਜ਼ਲਟ ਆ ਜਾਣਗੇ, ਜਲਦੀ ਆ ਜਾਣਗੇ, ਘਬਰਾਓ ਨਾ, ਬਹੁਤਾ ਦੂਰ ਜਾਣ ਦੀ ਲੋੜ ਨਹੀਂ, ਜਲਦੀ ਆਉਣਗੇ ਰਿਜ਼ਲਟ, ਸਰਕਾਰ ਸ਼ਿਕੰਜਾ ਕੱਸੂਗੀ, ਸਰਕਾਰ ਨੂੰ ਪਤਾ ਲੱਗ ਜੂ ਇਹ ਨਸ਼ੇ ਛੜਾਏ ਜਾ ਰਹੇ ਸੀ ਜਾਂ ਕੀ ਕੀਤਾ ਜਾ ਰਿਹਾ ਸੀ। ਗੱਲ ਕਰਨੀ ਬੜੀ ਆਸਾਨ ਹੈ, ਨਸ਼ਾ ਛੜਾਉਣਾ, ਨਸ਼ਾ ਵਧਿਆ, ਇਹਨਾਂ ਦੇ ਆਉਣ ਤੋਂ ਬਾਅਦ ਪੰਜਾਬ 'ਚ ਨਸ਼ਾ ਵਧਿਆ, ਘਟਿਆ ਨਹੀਂ। ਸਾਡੇ ਮੁੰਡੇ ਬੇਲਗਾਮ ਹੋਏ ਆ, ਮਣੀਕਰਨ ਲਾ ਲਓ, ਅਨੰਦਪੁਰ ਸਾਹਿਬ, ਮੈਨੂੰ ਦੱਸੋ ਕੀ ਹੈ, ਲੋਕ ਕਹਿੰਦੇ ਨਿਹੰਗ ਸਿੰਘ ਮਾਰਤਾ, ਨਿਹੰਗ ਸਿੰਘ ਮਾਰਤਾ, ਨਿਹੰਗ ਸਿੰਘ ਨੇ ਪਹਿਲਾਂ ਉਸ ਮੁੰਡੇ ਦੀਆਂ ਬਾਹਾਂ ਵੀ ਵੱਢੀਆਂ, ਉਹਦੀ ਮਿਸਿਜ ਨੇ ਵੀਡੀਓ ਪਾਈ ਹੈ, ਸੋਸ਼ਲ ਮੀਡੀਆ 'ਤੇ ਵਾਇਰਲ ਹੈ। ਗੱਲ ਹੈ ਵੀ ਗੱਲ ਦੋ ਕਸੂਰ ਦੋਨਾਂ ਦਾ ਹੀ ਨਹੀਂ ਹੈ, ਮੈਂ ਫਿਰ ਕਹਿੰਦਾ ਕਸੂਰ ਹੈ ਉਸ ਸੋਚ ਦਾ, ਕਸੂਰ ਹੈ ਉਸ ਨੇਤਰਤਵਹੀਨ ਐਸ ਜੀ ਪੀ ਸੀ ਔਰ ਸਿੱਖ ਸਮਾਜ ਦਾ, ਜਿਹਨਾਂ ਦਾ ਨੇਤਰਤਵ ਗੁੰਡੇ ਕਰ ਰਹੇ ਹੈ। ਤੁਹਾਡੇ ਕੋਲ ਕੋਈ ਸਬੂਤ ਹੈ ਪਹਿਲਾਂ ਉਹਨਾਂ ਨੇ ਵਾਹਾਂ ਵੱਢੀਆਂ? ਕਿਸੇ ਚੀਜ਼ ਬਿਲਕੁਲ, ਉਹਦੀ ਮਿਸਿਜ ਦੀ ਵੀਡੀਓ ਹੈ ਜੀ, ਮੇਰੇ ਕੋਲ ਕਾਹਦਾ ਸਬੂਤ ਹੈ? ਉਹਦੀ ਮਿਸਿਜ ਨੇ ਵੀਡੀਓ ਪਾਈ ਹੈ, ਵਾਇਰਲ ਹੋਈ ਹੈ ਸੋਸ਼ਲ ਮੀਡੀਆ 'ਤੇ, ਉਹ ਮੁੰਡਾ ਲੰਮਾ ਪਿਆ ਮਰਨ ਕਿਨਾਰੇ, ਜਿਹਦੇ 'ਤੇ ਪਰਚਾ ਪਾਇਆ, ਉਹ ਛੱਡੋ, ਉਹ ਇਹਨਾਂ ਦਾ ਵਿਵਾਦ ਹੈ। ਗੱਲ ਇਹ ਹੈ ਵੀ ਗੁੱਸਾ ਚਾਹੇ ਇਹਦਾ ਚਾਹੇ ਇਹਦਾ, ਉਹ ਗੁੱਸਾ ਪੈਦਾ ਕਿੱਥੋਂ ਹੋਇਆ? ਗੁੱਸਾ ਪੈਦਾ ਹੋਇਆ ਗੁੰਡਿਆਂ ਦੀ ਰਾਜਨੀਤੀ ਤੋਂ, ਗੁੰਡਿਆਂ ਦੇ ਨੇਤਰਤਵ ਤੋਂ, ਜਿਹਨੂੰ ਸਾਡੇ ਸਮਾਜ ਦੇ ਮੁੰਡਿਆਂ ਨੇ ਅੱਜ ਆਪਣਾ ਆਈਡੀਅਲ ਮੰਨ ਲਿਆ। ਜਿੱਦਾਂ ਇੱਦਾਂ ਕਹੋ ਤਾਂ ਪ੍ਰਸਾਦ, ਜਿਵੇਂ ਗੈਂਗਸਟਰਾਂ ਨੂੰ ਯੂਥ ਬੜਾ ਆਪਣਾ ਆਈਡੀਅਲ ਬਣਿਆ ਫਿਰਦਾ, ਉੱਦਾਂ ਹੀ ਇਹ ਨਵਾਂ ਗੈਂਗਸਟਰ ਆਇਆ ਅੰਮ੍ਰਿਤਪਾਲ, ਗੁੰਡਾ ਕਹਿ ਲਓ, ਬਾਣੇ ਦੇ ਰੂਪ ਦੇ ਵਿੱਚ ਇੱਕ ਨੌਜਵਾਨ ਗੈਂਗਸਟਰ ਦਾ ਰੂਪ ਧਾਰਨ ਕਰਕੇ ਆਇਆ, ਇੱਦਾਂ ਕਹਿ ਲਈਏ ਗੈਂਗਸਟਰ ਬਾਣੇ ਦਾ ਰੂਪ ਪਾ ਕੇ ਆਇਆ, ਇੱਦਾਂ ਕਹਿ ਲਈਏ ਆਪਾਂ, ਇੱਕ ਗੈਂਗਸਟਰ, ਇੱਕ ਗੁੰਡਾ, ਅੱਤਵਾਦੀ ਸੋਚ ਤੋਂ ਜੀ, ਸੋਚ ਵਾਲਾ ਬੰਦਾ ਅੱਜ ਗੁਰੂ ਸਾਹਿਬ ਦੇ ਬਾਣੇ ਨੂੰ ਬਦਨਾਮ ਕਰ ਰਿਹਾ ਉਹਨਾਂ ਦਾ ਬਾਣਾ ਪਾ ਕੇ।
दसो कि गुरु घर के ऐसा बंदा होगा गुरु महाराज का जोड़ा गुरु महाराज के सिद्धांतों मन वाला होगा कि ऐसा बंदा होगा जोड़ा गुरु घर के जाके बेंच तोड़ूगा कि ऐसा बंदा होगा जोड़ा किरत करने वाले गरीब आदमियों के खोखे तोड़ूगा होगा कोई ऐसा बंदा जोड़ा गुरु ग्रंथ साहब जी चक के लैके जाके थाने च लै जूगा की करते हो यार कि पासे साडे पंजाब नूं लैके जा रहे हो जिथे मुद्दे ते ही आपां आईए अमृतपाल जिथे इस वक्त जेल च होना चाहिए अमृतपाल जिथे इस वक्त जेल च होना चाहिए अज वो सरेआम खुल्लेआम घूम रहा पहले तो पंजाब सरकार नूं चाहिए भी इस व्यक्ति जेल की हवा खिला दूजी गल मेरा इको ही मेरी अपनी मंग है अकाल तख्त के जथेदार अकाल तख्त साहब न गुरु गुरुद्वारा प्रबंधक कमेटी एक क्लीयर करना पेगा भी वह खालिस्तान के नाल खड़े है या भारत के संविधान के नाल खड़े है हाँ पंजाब के हक की गल कर असी तन मन धन के उन्होंने कंधे न कंधा मिला के खड़ा पर अगर वो खालिस्तान के नाल खड़े है पंजाब नूं अलग करन की गल करते हैं फिर असी लोग इन्हों का विरोध करा जे आप मुद्दे की गल कर लगे जो आनंदपुर साहब के वापरद ज मणिकरण साहब के वापरद जिम्मेवार कि मानते हो मापे जा जो कई लोग ने जो नौजवान ने बिल्कुल थापर साहब ने कहा सोच सोच बदलाव आ गया ना साढ़े अजकल नौजवान गैंगस्टर अपना हीरो बन रहे हैं जिदा थापर साहब पहले एक मिनट थापर साहब एक मिनट पहला सुनो मेरी गल जिदा जत्थेदार हवारा अत्तवादी राजवान अत्तवादी जिन्होंने बेंत सिंह मारिया उन्होंने उत्ते फिल्म बनाई जा रही है उन्होंने हीरो दिखाया जा रहा है उन्होंने फी फिल्म बना हीरो दिखा के उन्होंने फिल्म दिखाई जा रही है नौजवान की कहेंगे नौजवानों का आदर्श कौन हो आइडियल कौन है अत्तवादी सुनो ना मेरी गल है मानो चल अत्तवादी हीरो बना के वे गाने गाने बनाए जा रहे हैं तो नौजवानों का आदर्श कौन होया अत्तवादी गैंगस्टर हीरो दिखा के उन्होंने उत्ते गाने बनाए फिल्म बनाई जा नौजवानों का साड़ा आदर्श कौन होया गैंगस्टर दूजे पर सिद्धू मूसेवाल की गल ही कर ली आप दूर क्यों जाने उन्हें भी नवी तो नवी गन्ना दिखा के उत्ते वे वे गाने बनाए साढ़े बच्चों खराब ही करके गया ना सिद्धू मूसेवाल भी माड़ा कह रहे हो बिल्कुल माड़ा कह रहे हैं बिल्कुल माड़ा कहने सोच किने बदली जेड़े पंजाबी कल्चर पंजाब दा बेड़ा गर्क साडा पंजाब दा नौजवान दा बेड़ा गर्क थापर साहब एक मिनट थापर साहब एक मिनट साडा नौजवान दा बेड़ा गर्क ही साडे पंजाबी गायकां ने कीता जिन्हां ने गन कल्चर गैंगस्टर और चक लो दनालियां रफलां चल चक लो धरने ते बैठे हो कदे गायकां दे खिलाफ आवाज चुकी है आवाज चुकी है क्यों नहीं चुकी है सिद्धू मूसेवाले दी गल करो अगर अज उहदे फादर साहब ते उहदी मदर इन्ना रौला पा रहे साडे कातल नहीं फड़गे कातल नहीं फड़गे पुछण वाला होवे उहने कीता की जवान नौजवान नूं पंजाब नूं देन की है उहदी दसो ना देन की है तुहाडी देन की है साडे मुंडे तुहाडी देन की है पहला गल तां सुणो साडे मुंडे नूं भड़का के गया हर उहदे गाने च गन्ना दा असलियां दा चर्चा है ਉਹੀ ਅਸਲੇ ਆਟੋਮੈਟਿਕ ਅਸਲੇ ਦੇ ਨਾਲ ਉਹਦਾ ਕਤਲ ਕਰਤਾ ਗੈਂਗਸਟਰ ਨੇ ਸਾਡੀ ਦੇਣ ਦੀ ਗੱਲ ਕਿਹੜੀ ਜਗ੍ਹਾ 'ਚ ਜਿੱਥੇ ਪੰਜਾਬ ਦਾ ਹਲੇ ਤੱਕ ਨਾਮ ਨਹੀਂ ਗਿਆ ਸੀ ਜਿੱਥੇ ਪੰਜਾਬੀ ਦਾ ਕੋਈ ਨਾਮੋ ਨਿਸ਼ਾਨੀ ਸੀ ਉਸ ਬੰਦੇ ਨੇ ਉੱਥੋਂ ਤੱਕ ਪੰਜਾਬੀ ਗਾਣੇ ਵੱਜਣ ਲਾਤੇ ਉੱਥੋਂ ਤੱਕ ਪੰਜਾਬੀ ਬੰਦੇ ਤੁਸੀਂ ਦੇਣ ਦੀ ਗੱਲ ਕੀਤੀ ਹੈ ਵੀ ਉਹਦੇ ਦੇਣ ਕੀ ਆ ਤੁਹਾਡੀ ਦੇਣ ਕੀ ਹੈ ਸਿੱਧੂ ਮੂਸੇਵਾਲ ਮਗਰ ਲੱਗ ਕੇ ਸਾਡੇ ਨੌਜਵਾਨ ਅੱਜ ਅਸਲੇ ਚੱਕੀ ਫਿਰਦੇ ਨੇ ਨਜਾਇਜ਼ ਚ ਜਾਇਜ਼ ਅਸਲਾ ਚੱਕ ਕੇ ਸਰਿਆਂ ਬਦਮਾਸ਼ੀਆਂ ਕਰਦੇ ਫਿਰਦੇ ਨੇ ਇਹਦਾ ਮਤਲਬ ਤੁਸੀਂ ਸਮਝਦੇ ਹੋ ਵੀ ਆਨੰਦਪੁਰ ਜੋ ਹੋਇਆ ਠੀਕ ਹੋਇਆ ਮਣੀਕਰਨ ਸਾਹਿਬ ਜੋ ਹੋਇਆ ਠੀਕ ਹੋਇਆ ਹੁੱਲੜਬਾਜੀ ਜਿਹੜੀ ਹੋਈ ਹੁੜਦੰਗ ਹੋਇਆ ਠੀਕ ਹੋਇਆ ਕੱਲ ਨੂੰ ਉੱਥੇ ਉਹ ਆਪਣੀ ਜਗ੍ਹਾ ਗਲਤ ਹੈ ਜੋ ਚੀਜ਼ ਗਲਤ ਹੈ ਉਹ ਗਲਤ ਹੈ ਪਰ ਸੁਣੋ ਭਾਈ ਸਾਹਿਬ ਸ਼ਮਤਾ ਰੱਖੋ ਅਗਰ ਹਿਮਾਚਲ ਦੇ ਲੋਕ ਉਹੀ ਕੱਲ ਉਹਨਾਂ ਦਾ ਜਵਾਬ ਦੇ ਦਿੰਦੇ ਇੱਟ ਦਾ ਜਵਾਬ ਪੱਥਰ ਦਾ ਦੇ ਦਿੰਦੇ ਫਿਰ ਉਹਨੇ ਕਹਿਣਾ 84 ਦਰਾਤੀ ਕਿਹਨੇ ਕਹਿਣਾ ਫਿਰ ਰੋਲਾ ਹੀ ਪੈਣਾ ਸੀ ਨਾ ਵੀ ਪੰਜਾਬੀ ਹਿਮਾਚਲ ਘੁੰਮਣਗੇ ਹਿਮਾਚਲ ਵਾਲਿਆਂ ਨੇ ਦਿੱਲੀ ਦੁਹਰਾਤੀ ਫਿਰ ਇਲਜ਼ਾਮ ਕਿਹਦੇ ਲੱਗਣਾ ਕਿਹਦੇ ਮੱਥੇ 'ਤੇ ਲੱਗਣਾ ਸੀ ਦੱਸੋ ਨਾ ਦੂਜਾ ਲਾ ਲਓ ਆ ਕੀ ਨਾਮ ਇਹਦਾ ਅੰਮ੍ਰਿਤਪਾਲ ਲਾ ਲਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਤਰ ਗੁਰੂ ਗ੍ਰੰਥ ਸਾਹਿਬ ਨੂੰ थाने ले जाता मोहरा बना के है दसो ना मेरी गल ओदी आड़ दे विच थाने उत्ते कब्जा करके बह जाता कल कुछ हो जाता फिर कहना कि बरगाड़ी दुरहाती बहबला कला कांड दुरहाता है कर दे एक्चुअली कि सोच बदलती सोच साढ़े नौजवानों नू अजकल ये लगन लग गया भी जो मर्जी कर दो धक्का तुहाडे कोल ताकत होनी चाहिए 1000 बंदा होना चाहिए तुसीं चाहे थाने दे घराव कर लो जिदा मर्जी कर लो बंदा छुड़ा लो गैंगस्टर छुड़ा लो ये ते नत्थ पाण दी लोड़ है सब ना पहला वड्डा कार्य जिथे सरकार दा भी है उत्थे कुत्ते असीं कहांगे अकाल तख्त नूं भी कहांगे भी अकाल तख्त साहब नूं भी एक स्पष्ट संदेश सिख समाज नूं देना पेगा भी उह खालिस्तान दे नाल खड़े ने या भारत दे संविधान दे नाल खड़े ने खालिस्तान बारे तुसीं लगातार तुसीं बोलदे रहिंदे हो खालिस्तान नहीं बनना चाहीदा खालिस्तान नहीं बनना चाहीदा दूजे पासे तुसीं गल करदे हो मंग करदे हो हिंदू राष्ट्र की फिर उहनां दा खालिस्तान गलत है तुहाडा हिंदू राष्ट्र सही है हिंदू राष्ट्र हिंद महासागर के अंदर आते जो लोग रेंदे है जो किनारे लोग रेंदे है ना वो हिंदू राष्ट्र है हिंदू एक संस्कृति है हिंदू धर्म नहीं है सनातन धर्म है हिंदू धर्म नहीं है हिंदू एक संस्कृति है
उस संस्कृति दे विच्चों सिख समाज भी निकलिया, उस संस्कृति दे विच्चों मुस्लिम समाज भी निकलिया, उस संस्कृति दे विच्चों ईसाई धर्म भी निकलिया। हिंदू एक संस्कृति है, गल नूं समझ लो। सनातन खालस खालस भी तो शुद्ध है ना, खालस भी तो खालस मीन भी तो शुद्ध होंदा ना, प्योर होंदा ना। मेरी पहला गल सुनो, सनातन धर्म का हिस्सा नहीं, वह हिंदू धर्म का ही हिस्सा ने। वो अज चाहे कई जन मन लैन, गल नूं समझ लो। कसूर की उस बच्चे का जेड़ा गलत हो गया, दिशा भटकी, प्यो का कसूर तो नहीं है, उन्हें तो चारों रखे है। सो हिंदू राष्ट्र का मतलब है उसके विच मुस्लिम, हिंदू मुस्लिम सिख ईसाई, हिंदू राष्ट्र ये है। हिंद महासागर तो दे अंदर रहने वाला, हिंद महासागर के कंढे बसने वाले लोग हिंदू ने। ਜਿਹੜੇ ਹਿਸਾਬ ਨਾਲ ਉਹ ਖਾਲਿਸਤਾਨ ਦੀਆਂ ਮੰਗਾਂ ਕਰਦੇ ਆ, ਤੁਸੀਂ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਹੋ। ਧਰਮ ਤਾਂ ਹੋਰ ਵੀ ਪੰਜਾਬ 'ਚ ਹੈਗੇ ਨਾ, ਧਰਮ ਤਾਂ ਸਾਰੀ ਹੈ। ਕੱਲ ਨੂੰ ਤਾਂ ਦੂਜੇ ਧਰਮ ਵਾਲੇ ਬੰਦੇ ਵੀ ਮੰਗ ਕਰ ਸਕਦੇ ਆ ਕਿ ਮੇਰੇ ਮੈਨੂੰ ਇਹ ਦੇਸ਼ ਦੇ ਦਿਓ। ਅਸੀਂ ਕਹਿੰਦੇ ਖਾਲਸ ਰਾਜ ਆਵੇ, ਅਸੀਂ ਖਾਲਸ ਰਾਜ ਦਾ ਮਜ਼ਾਕ ਉਹ ਨਹੀਂ ਕਰਦੇ, ਵਿਰੋਧ ਨਹੀਂ ਕਰਦੇ। ਅਸੀਂ ਉਸ ਕੱਟੜਪੰਥੀ ਲੋਕਾਂ ਦੀ ਸੋਚ ਦੇ ਖਾਲਿਸਤਾਨ ਦਾ ਵਿਰੋਧ ਕਰਦੇ, ਜਿਹੜੀ ਉਹ ਕੱਟੜਪੰਥੀ ਲੋਕਾਂ ਦੀ ਜਿਹੜੀ ਸੋਚ ਹੈ ਭਾਰਤ ਦੇ ਨਾਲੋਂ ਪੰਜਾਬ ਨੂੰ ਅਲੱਗ ਕਰਨਾ, ਉਹਦੀ ਬਾਂਹ ਕੱਟਣੀ, ਉਹਦਾ ਜਿਸਮ ਕੱਟਣਾ, ਉਸ ਸੋਚ ਨੂੰ, ਉਸ ਖਾਲਿਸਤਾਨ ਨੂੰ। ਪੰਜਾਬ 'ਚ ਜੋ ਚੀਜ਼ ਹੁਣ ਹੈਗੀ ਹੈ ਨਾ ਉਹੀ ਰਹਿਣ ਦਿਓ ਨਾ, ਤੁਸੀਂ ਕਿਉਂ ਮੰਗ ਕਰਦੇ ਹੋ? ਉਹ ਵੀ ਮੰਗ ਕਰਦੇ, ਤੁਸੀਂ ਵੀ ਕਰਦੇ। ਗੱਲ ਸੁਣੋ, ਅੰਮ੍ਰਿਤਪਾਲ ਦੀ ਕੰਟਰੋਲ ਸੁਣੀ ਕਿ ਤੁਸੀਂ ਕੀ ਕਹਿ ਰਹੇ ਹੋ? ਕਹਿੰਦਾ ਪੱਤਰਕਾਰ ਨੂੰ ਸਵਾਲ ਕਰਦਾ, ਕਹਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਨੂੰ ਲੈ ਕੇ ਭੀੜ ਇਕੱਠੀ ਕਰ ਲਈ, ਕਹਿੰਦਾ ਤੁਸੀਂ ਕਰਕੇ ਦਿਖਾ ਦਿਓ, ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਭੀੜ ਇਕੱਠੀ ਹੁੰਦੀ ਹੈ ਨਾ ਕਿਤੇ? ਦੱਸੋ ਬੰਦੇ 'ਤੇ ਅਹੰਕਾਰ ਕਿੰਨਾ। ਐਡਾ ਦਿਮਾਗ ਖਰਾਬ ਹੋਇਆ ਉਹਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਕਹਿ ਰਿਹਾ ਵੀ ਉਹਨਾਂ ਦੇ ਨਾਂ 'ਤੇ ਥੋੜ੍ਹੀ ਭੀੜ ਇਕੱਠੀ ਹੋਈ ਹੈ, ਤਾਂ ਅੰਮ੍ਰਿਤਪਾਲ ਉਹਨਾਂ ਨੂੰ ਲੈ ਕੇ ਆਇਆ ਤਾਂ ਇਕੱਠੀ ਹੋਈ ਹੈ। ਐਡਾ ਉਸ ਬੰਦੇ ਦਾ ਦਿਮਾਗ ਖਰਾਬ ਹੋ ਗਿਆ, ਗੁਰੂ ਸਾਹਿਬ ਤੋਂ ਵੀ ਉੱਤੇ ਸਮਝਣ ਲੱਗ ਗਿਆ। ਅਸੀਂ ਲੋਕ ਤਾਂ ਰਿਸ਼ਤਾ ਅਲੱਗ ਸਮਝਦੇ ਨਹੀਂ, ਅਸੀਂ ਤਾਂ ਕਹਿੰਦੇ ਸਾਡਾ ਨੌ ਮਾਸ ਦਾ ਰਿਸ਼ਤਾ। ਸਿੱਖ ਪਰਿਵਾਰ, ਸਿੱਖ ਧਰਮ, ਖਾਲਸੇ ਪੰਥ ਦੀ ਸਥਾਪਨਾ ਹਿੰਦੂਆਂ ਤੋਂ ਹੋਈ, ਹਿੰਦੂ ਪਰਿਵਾਰਾਂ ਤੋਂ ਹੋਈ। ਸਾਡੇ ਹੀ ਪਰਿਵਾਰਾਂ ਨੇ ਪਹਿਲਾ ਵੱਡਾ ਬੱਚਾ, ਪਹਿਲਾ ਵੱਡਾ ਵੱਡਾ ਬੱਚਾ ਸਿੱਖ ਸਮਾਜ ਲਈ ਦਿੱਤਾ। ਅਸੀਂ ਕਹਿੰਦੇ ਸਾਡਾ ਨੌ ਮਾਸ ਦਾ ਰਿਸ਼ਤਾ, ਸਾਡਾ ਨੌ ਮਾਸ ਦਾ ਰਿਸ਼ਤਾ। ਅਸੀਂ ਫਿਰ ਕਹਿੰਦੇ ਸਾਡੇ ਕੋਲ, ਅਸੀਂ ਲੋਕ ਕਹਿੰਦੇ ਵੀ ਪੰਜਾਬ 'ਚ ਖਾਲਸ, ਪ੍ਰਭੂ ਸ਼੍ਰੀ ਰਾਮ ਜੀ ਵਾਲੇ ਰਾਜ ਦੇ ਵਰਗਾ ਖਾਲਸ ਰਾਜ ਆਵੇ, ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਆਵੇ, ਜਿੱਥੇ ਨਾ ਕੋਈ ਡਰ, ਜਿੱਥੇ ਨਾ ਕੋਈ ਭੈ ਹੋਵੇ, ਜਿੱਥੇ ਨਾ ਕੋਈ ਭ੍ਰਿਸ਼ਟਾਚਾਰ ਹੋਵੇ, ਜਿੱਥੇ ਨਾ ਕੋਈ ਹੁੜਦੰਗ ਹੋਵੇ। ਪੱਤਰਕਾਰ ਸਾਹਿਬ, ਹਿੰਦੂ ਰਾਸ਼ਟਰ ਦੇ ਵਿੱਚ ਜਿਹੜਾ ਤੁਸੀਂ ਬਿਆਨ ਦਿੱਤਾ, ਹਿੰਦੂ ਰਾਸ਼ਟਰ ਦੇ ਵਿੱਚ ਇਹ ਚੀਜ਼ਾਂ ਹੋਣਗੀਆਂ, ਉਹ 'ਚ ਆ ਜਾਣਗੀਆਂ? ਬਿਲਕੁਲ। ਪੰਜਾਬ, ਚਲੋ ਆਮ ਆਦਮੀ ਕੀ ਚਾਹੁੰਦਾ ਤੁਸੀਂ ਇਹ ਦੇਖੋ। ਲੋਕ ਕਹਿੰਦੇ ਨੇ ਆਮ ਆਦਮੀ ਤਾਂ ਕੁਛ ਵੀ ਨਹੀਂ ਚਾਹੁੰਦਾ, ਆਮ ਆਦਮੀ ਨੂੰ ਤਾਂ ਆਮ, ਮੇਰੀ ਗੱਲ ਤਾਂ ਸੁਣੋ ਨਾ ਪਹਿਲਾਂ। ਆਮ ਜਿਹੜਾ ਆਮ ਆਦਮੀ ਹੈ ਉਹ ਤਾਂ ਦੋ ਵਕਤ ਦੀ ਰੋਟੀ ਮੰਗਦਾ, ਨਾ ਉਹਨੂੰ ਖਾਲਿਸਤਾਨ ਚਾਹੀਦਾ, ਨਾ ਉਹਨੂੰ ਹਿੰਦੂ ਰਾਸ਼ਟਰ ਚਾਹੀਦਾ। ਤੁਹਾਡੀ ਗੱਲ ਦਾ ਜਵਾਬ ਦੇ ਦਿੰਦਾ ਨਾ। ਸਾਰੇ ਲੋਕ ਕਹਿੰਦੇ ਨੇ ਕੱਟੜਵਾਦੀ ਰੋਲਾ ਪਾਉਂਦੇ ਨੇ, ਸਿੱਖਾਂ ਨੇ ਸਾਡਾ ਘਾਣ ਕਰਤਾ, ਸਿੱਖਾਂ ਨੇ ਸਾਡਾ ਗੁਰਦੁਆਰੇ ਸਾਹਿਬ ਨੇ ਅਟੈਕ ਕਰਕੇ ਸਾਡਾ ਧਾਰਮਿਕ ਭਾਵਨਾ ਸਾਡਾ ਅਹਨ ਕੀਤਾ। 1984 ਦਾ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਦੋਂ ਪਵਿੱਤਰ ਹਰਿਮੰਦਰ ਸਾਹਿਬ ਫੌਜ ਨੇ ਖਾਲੀ ਕਰਾਇਆ, ਉਸ ਤੋਂ ਬਾਅਦ ਅੱਜ ਤੱਕ, ਠੀਕ ਹੈ ਜੀ, 3 ਵਾਰੀ ਪੰਜਾਬ 'ਚ ਕਾਂਗਰਸ ਦੀ ਸਰਕਾਰ, ਇਹ ਕਹਿੰਦੇ ਕਾਂਗਰਸ ਕਿਹਨਾਂ ਨੇ ਬਣਾਈ? ਪੰਜਾਬੀਆਂ ਦੁਆਰਾ। ਇਹਦਾ ਮਤਲਬ ਕੀ? ਇਹੀ ਪੰਜਾਬ ਦੇ ਲੋਕਾਂ ਨੇ ਜਿੱਥੇ ਉਹਨਾਂ 'ਤੇ ਆਰੋਪ ਲਾਏ ਜਾਂਦੇ। ਇਹਦਾ ਮਤਲਬ ਕੀ ਹੈ ਵੀ 90% ਲੋਕ ਲੋਕ ਕੀ ਚਾਹੁੰਦੇ ਨੇ? ਪੰਜਾਬ 'ਚ ਸ਼ਾਂਤੀ ਚਾਹੁੰਦੇ ਨੇ, ਪੰਜਾਬ 'ਚ ਕੱਟੜਵਾਦ ਨਹੀਂ ਚਾਹੁੰਦੇ, ਪੰਜਾਬ 'ਚ ਅੱਤਵਾਦ ਨਹੀਂ ਚਾਹੁੰਦੇ, ਪੰਜਾਬ 'ਚ ਗੈਂਗਸਟਰ ਨਹੀਂ ਚਾਹੁੰਦੇ। ਹਰ ਵਿਅਕਤੀ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਵੀ ਲੋਕ ਤਾਂ ਕਹਿੰਦੇ ਅਸੀਂ ਦੋ ਵਕਤੀ ਰੋਟੀ ਪਿਆਰ ਨਾਲ ਖਾਈਏ, ਆਪਣੇ ਪਰਿਵਾਰ 'ਚ ਘੁੱਲ ਮਿਲ ਕੇ ਰਹੀਏ, ਉਹਦਾ ਜਵਾਬ ਦੇ ਰਿਹਾ ਤੁਹਾਨੂੰ ਮੈਂ। ਇਸੇ ਕਰਕੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕਿਸੇ ਨੇ ਉਸ ਪਾਰਟੀ ਦਾ, ਜਿਸ ਪਾਰਟੀ 'ਤੇ ਤੁਸੀਂ ਇਲਜ਼ਾਮ ਲਗਾਉਂਦੇ, ਮੈਂ ਉਸ ਪਾਰਟੀ ਦਾ ਨਾਮ ਨਹੀਂ ਲਊਂਗਾ, ਉਸ ਪਾਰਟੀ ਦਾ ਵਿਰੋਧ ਨਹੀਂ ਕੀਤਾ, ਉਹਦੀ ਸੱਤਾ 3 ਵਾਰ ਆ ਗਈ ਉਸ ਤੋਂ ਬਾਅਦ, ਬਿਲਕੁਲ ਤੁਰੰਤ ਬਾਅਦ ਆਪਰੇਸ਼ਨ ਬਲੂ ਸਟਾਰ ਤੋਂ ਉਸ ਪਾਰਟੀ ਦੀ ਸੱਤਾ ਆ ਗਈ। ਇਹਦਾ ਮਤਲਬ ਕੀ ਹੈ? ਲੋਕਾਂ ਨੇ ਉਸ ਆਪਰੇਸ਼ਨ 'ਤੇ ਮੋਹਰ ਲਗਾ ਦਿੱਤੀ। ਕੀ ਕਹੋਗੇ ਤੁਸੀਂ ਇਹਨੂੰ? ਤੁਸੀਂ ਕੀ ਕਹੋਗੇ? ਜੇ ਮੈਂ ਕੋਈ ਕੰਮ ਗਲਤ ਕੀਤਾ, ਮੇਰੇ ਮਹੱਲੇ ਦੇ ਵਿੱਚ ਮੈਂ ਕੋਈ ਗਲਤ ਕੰਮ ਕੀਤਾ, ਮੇਰੇ ਲੋਕ ਵਿਰੋਧ ਹੋਣੇ ਚਾਹੀਦੇ ਆ। ਪਰ ਜੇ ਉੱਥੇ ਉਸੇ ਮਹੱਲੇ ਦੇ ਵਿੱਚ ਦੁਆਰਤੀ ਚੁਣਾਵ ਹੋਣ, ਮਹੱਲੇ ਦੇ ਪ੍ਰਧਾਨ ਮੈਨੂੰ ਬਣਾਤਾ ਜਾਵੇ, ਇਹਦਾ ਮਤਲਬ ਕੀ ਹੈ? ਪੰਜਾਬ 'ਚ ਅੱਤਵਾਦ ਐਡਾ ਕਾਲਾ ਦੌਰ ਸੀਗਾ, ਅੱਤਵਾਦੀ ਘੜਿਆਂ 'ਚ ਪਰਚੀਆਂ ਕੱਢ ਕੱਢ ਕੇ ਚੁਣ ਚੁਣ ਕੇ ਨਿਸ਼ਾਨਾ ਬਣਾਉਂਦੇ ਸੀ। ਲੋਕ ਕਹਿੰਦੇ ਪੰਜਾਬ ਪੁਲਿਸ ਨੇ ਪੰਜਾਬ 'ਚੋਂ ਅੱਤਵਾਦ ਖਤਮ ਕੀਤਾ। ਪੰਜਾਬ ਪੁਲਿਸ ਨੇ ਅੱਤਵਾਦ ਪੰਜਾਬ 'ਚੋਂ ਕਿਹਦੇ ਸਹਿਯੋਗ ਨਾਲ ਖਤਮ ਕੀਤਾ? ਕਿਆ ਉਦੋਂ ਨੈੱਟ ਸਿਸਟਮ ਸੀ? ਕਿਆ ਉਦੋਂ ਮੋਬਾਈਲ ਸੀ? ਦੱਸੋ ਨਾ। ਲੋਕ ਪੰਜਾਬ ਪੁਲਿਸ ਨੇ ਅੱਤਵਾਦ ਖਤਮ ਕੀਤਾ ਪੰਜਾਬੀਆਂ ਦੇ ਸਹਿਯੋਗ ਨਾਲ, ਸਿੱਖ ਸਮਾਜ ਦੇ ਲੋਕਾਂ ਦੇ ਸਹਿਯੋਗ ਨਾਲ, ਕਿਉਂਕਿ ਅੱਤਵਾਦੀਆਂ ਦੁਆਰਾ ਜਿਨ੍ਹਾਂ ਦੇ ਘਰਾਂ 'ਚ ਰੋਟੀਆਂ ਖਾਈ ਜਾਂਦੀ ਸੀ ਉਹਨਾਂ ਦੀ ਬਹੂ ਬੇਟੀਆਂ ਦੇ ਨਾਲ ਰੇਪ ਕੀਤੇ ਜਾਂਦੇ ਸੀ। ਉਹਨਾਂ ਨੇ ਹੀ ਪੁਲਿਸ ਨੂੰ ਮੁਖਰੀ ਕਰ ਕਰਕੇ ਇਹ ਅੱਤਵਾਦੀ ਮਰਵਾਏ ਨੇ।
जोरावर दा सत्ती बीही सौ इहदा मतलब गुंडे किसे नूं कुछ देर तां भटका सकदे आ, कुछ देर तां उहनां नूं डरा के चला सकदे आ, परमानेंट राज नहीं कर सकदे। ओह उजाड़ा तां पा सकदे आ, बसों नहीं कर सकदे। बिल्कुल एक स्पष्ट संदेश साडा साडी को डिमांड अकाल तख्त दे जथेदार साहब नूं, एक पंजाब दे लोकां नूं, पूरे भारत वर्ष दे सिख समाज नूं इक मैसेज दसन वी उह खालिस्तान दे नाल खड़ा अकाल तख्त साहब जां भारत दे संविधान दे नाल खड़ा। सो इस समय शिवसेना के आगू जिहड़े अक्सर ही बयानां नूं लै के चर्चा दे विच रहिंदे आ, ते अज इहनां वल्लों जिहड़ा नवां बयान एक आया कि अकाल तख्त दे जथेदार साहब जिहड़े उह कन्फर्म करन, उह स्पष्टीकरण देण कि उह किस दे नाल खड़े ने। सो तुसीं साडे नाल जुड़िओ, द सिटी एयरलाइंस देख रहे हो, मैं तुहाडा दोस्त गगन समाद नाल कैमरामैन प्रिंस कुमार।